स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड मुदकी मुदकी फिरोजपुर जिले का पिंड है, एक कस्बा है। जो फरीदकोट तो श्री अमृतसर नूं जाने तो दसो इस हाईवे दे उत्ते आउंदा है, ये बिल्कुल नाल तलवंडी भाई है। सो मुदकी दे विचों वीडियो बना रहे हैं तो जिहड़े घर चों वीडियो बना रहे हैं ये वीर भी वपार का काम करता है, गावां लैके आउंदा। तो अपनी पहली वीडियो इत्थे आपां जिहड़ी अज बना रहे हैं तो इस वीडियो च एक बिल्कुल ताज़ी सूई भी तुहानूं ये गां दिखाउणी है जिहड़ी कल ही सूई है, कल शाम नूं सूई है दोस्तों। तो ये वीडियो कल शाम नूं बनाउणी सी पर इहदी उदों जेर हजे पई नहीं सी, थोड़ा टाइम होया सी सूई नूं ते बठल च बाई ने जेर उदों बाद च रखती है। सुबह अज वीडियो बना रहे हैं आपां इहदे बारे गल्लबात करांगे वीर दे नाल। ते जिहड़े वीर ने दुध ते गां पाउणी है तां इह उस रेट ते रहूगी ਵੀ ਤੁਹਾਨੂੰ ਰੇਟ ਵੀ ਪਸੰਦ ਆ ਜੂਗਾ ਤੇ ਦੂਜੀ ਗੱਲ ਥੋੜਾ ਕ੍ਰੋਸ ਅੰਗ ਗਾਂ ਹੈ, ਗਰਮੀ ਦੇ ਰੁੱਤ ਦੇ ਵਿੱਚ ਦੁੱਧ ਠੀਕ ਦਿੰਦੀ ਰਹੂਗੀ ਤੇ ਦੂਜੀ ਗੱਲ ਇਹ ਗਰਮੀ ਵੀ ਜਿਹੜੀ ਆਮ ਇਦਾਂ ਦੀਆਂ ਗਾਵਾਂ ਘੱਟ ਬਣਾਉਂਦੀਆਂ। ਵੀਡੀਓ ਦੇ ਵਿੱਚ ਹੀ ਧਾਰਾ ਮਾਰ ਕੇ ਦਿਖਾ ਦਿਆਂਗੇ ਕਿਉਂਕਿ ਜਿਹੜੇ ਦੂਰ ਤੋਂ ਆਉਣਾ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਥਣਾਂ ਦੇ ਵਿੱਚੋਂ ਧਾਰ ਕਿੱਦਾਂ ਦੀ ਹੁੰਦੀ, ਕਿਉਂਕਿ ਇਹ ਚੀਜ਼ਾਂ ਹੀ ਹਰੇਕ ਬੰਦੇ ਨੇ ਪਾਸ ਕਰਨੀਆਂ ਹੁੰਦੀਆਂ। ਫਿਰ ਵੀ ਇੱਕ ਬੇਨਤੀ ਵੀ ਜਿਹਨੇ ਖਰੀਦਣੀ ਆ ਉਹ ਵੀਰ ਆ ਕੇ ਤਸੱਲੀ ਕਰਕੇ ਖਰੀਦ ਲਏ, ਨੰਬਰ ਸਕਰੀਨ 'ਤੇ ਚੱਲਦਾ ਰਹੂਗਾ। ਹਵਾਨੇ ਦੀ ਗੱਲ ਕਰਦੇ ਹਾਂ ਤਾਂ ਦੋਸਤੋ ਪਿਛਾਂ ਨੂੰ ਵੀ ਚੰਗਾ ਦਿਸਦਾ ਅੱਗੇ ਨੂੰ ਵੀ ਚੰਗਾ, ਬੱਚਾ ਇਹਨੇ ਮੇਲ ਕਾਫ ਦਿੱਤਾ ਹੈ। ਆਓ ਜਾਣਕਾਰੀ ਬਾਈ ਤੋਂ ਲਈਏ ਅਤੇ ਬਾਅਦ 'ਚ ਇਹਨੂੰ ਆਪਾਂ ਤੋਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਨਾਮ ਦੱਸਿਓ ਬਾਈ ਆਪਣਾ। ਨਾਮ ਮੇਰਾ ਭੁਪਿੰਦਰ ਸਿੰਘ ਹੈ ਜੀ। ਠੀਕ ਹੈ। ਫੋਨ ਨੰਬਰ ਹੈਗਾ 88377206636 ਜੀ। ਭੁਪਿੰਦਰ ਬਾਈ ਵਪਾਰ ਦਾ ਕੰਮ ਕਰਦਿਆਂ ਨੂੰ ਕਿੰਨਾ ਕੁ ਚਿਰ ਹੋ ਗਿਆ? ਬਾਈ ਜੀ ਪਹਿਲਾਂ ਮੈਂ ਕੰਮ ਕਾਫੀ ਕਰਦਾ ਰਿਹਾ, ਉਸ ਤੋਂ ਬਾਅਦ ਛੱਡ ਦਿੱਤਾ ਸੀ, ਹੁਣ ਦੁਬਾਰਾ ਸਟਾਰਟ ਕੀਤਾ ਜੀ, ਥੋੜਾ ਟਾਈਮ ਹੀ ਹੋਇਆ ਜੀ। ਹੁਣ ਦੁਬਾਰਾ ਸਟਾਰਟ ਕੀਤਾ ਹੈ। ਅੱਛਾ, ਗਾਵਾਂ ਹੀ ਲਾਇਆ ਕਰੋਗੇ ਜਾਂ ਮੱਝ ਵੀ ਆਇਆ ਕਰੋਗੇ? ਨਹੀਂ ਗਾਵਾਂ ਹੀ ਆਇਆ ਕਰਨੀਆਂ ਆਪਣੇ। ਗਾਵਾਂ ਹੀ ਆਇਆ ਕਰਨੀਆਂ ਜੀ। ਹਾਂਜੀ। ਅੱਛਾ, ਅੱਜ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਹਾਂ, ਹਾਂਜੀ, ਇਹ ਕੱਲ ਸ਼ਾਮ ਨੂੰ ਸੂਈ ਹੈ? ਹਾਂਜੀ। ਜੇਰ ਇਹਦੀ ਫਿਰ ਅਜੇ ਸਿੱਟੀ ਨਹੀਂ? ਨਹੀਂ, ਉਹ ਸਿੱਟੀ ਨਹੀਂ ਗਈ, ਉਹ ਪਈ ਆ ਬੱਠਲ 'ਚ ਜੀ। ਠੀਕ ਹੈ, ਠੀਕ ਹੈ ਜੀ। ਤੇ ਧਾਰਾਂ ਧੁਰਾਂ ਮਾਰੀਆਂ ਹੋਣਗੀਆਂ, ਚਵਾਈ ਦੀ ਠੀਕ ਹੈ? ਹਾਂਜੀ, ਚਵਾਈ ਦੀ ਓਕੇ ਆ ਵੀਰੇ। ਮੈਂ ਰਾਤ 6-7 ਕਿਲੋ ਬੋਲਾ ਜਨਮੀ ਕੱਢਿਆ ਸੀਗਾ। ਠੀਕ ਹੈ। ਤੇ ਸੁਬਹਾ ਮੰਨ ਲਓ ਫਿਰ ਵੀ ਬੱਚੇ ਨੂੰ ਦੁਬਾਰਾ ਕੱਢ ਕੇ ਪਿਆ, ਤੁਸੀਂ ਆਉਣਾ ਫਿਰ ਵੀ ਮੰਨ ਲਓ ਵੀ ਆਪਾਂ ਥੋੜਾ ਬਹੁਤਾ ਇਹਨੂੰ ਪਿਆ ਦਈਏ ਕਿਉਂਕਿ ਲੇਟ ਹੋ ਜਾਵਾਂਗੇ। ਠੀਕ ਹੈ। ਅੱਛਾ, ਕੀ ਡਿਮਾਂਡ ਰੱਖਦੇ ਹੋ ਬਾਈ ਗਾਂ ਦੀ? ਵੀਰੇ ਮੁੱਲ 60,000 ਰੁਪਈਆ ਜੀ। 60,000? ਹਾਂਜੀ। ਤੁਰ ਗਏ ਨੂੰ ਮਾੜਾ ਖੁੱਲ। ਸੋ ਦੋਸਤੋ 60,000 ਰੇਟ ਹੈ। ਬਾਈ ਕਹਿੰਦਾ ਵੀ ਰਾਤ ਵੀ ਚੋਤੀ ਸੀ ਅਤੇ ਸੁਬਹਾ ਵੀ ਬੱਚੇ ਨੂੰ ਪਿਆਇਆ, ਹਵਾਨਾ ਹੁਣ ਵੀ ਚੰਗਾ। ਗਾਂ ਰੇਟ ਦੇ ਹਿਸਾਬ 'ਤੇ ਦੱਸੋ ਠੀਕ ਹੈ, ਹਵਾਨਾ ਚੰਗਾ, ਦੁੱਧ ਵੀ ਚੰਗਾ ਦੇਊਗੀ, ਬਾਕੀ ਆ ਕੇ ਤੁਸੀਂ ਪਾਸ ਕਰਨੀ ਹੈ। ਥੋੜ੍ਹਾ ਬਹੁਤ ਇਹ ਮੰਨਾਂਗੇ ਵੀ ਥੋੜ੍ਹੀ ਫਿੱਕੀ ਰਹਿ ਗਈ ਸੂਣ ਤੋਂ ਪਹਿਲਾਂ, ਓਨੀ ਸਮਝੀ ਨਹੀਂ, ਪਰ ਜੇ ਆਪਾਂ ਇਹ ਗੱਲ ਕਰੀਏ ਤਾਂ ਇਹ ਮਾਲਕ ਦੀ ਕਮੀ ਹੋ ਸਕਦੀ ਹੈ ਵੀ ਜਿਹੜਾ ਵੀਰ ਸੰਭਾਲਣ ਵਾਲਾ ਉਹ ਤੋਂ ਕੇਅਰ ਨਹੀਂ ਹੋਈ, ਪਰ ਗਾਂ ਦੁੱਧ ਵਾਲੀ ਲੱਗਦੀ ਹੈ ਜਿਵੇਂ ਆਪਾਂ ਇਹਦਾ ਥਣ ਹਵਾਨਾ ਦੇਖਦੇ ਹਾਂ। ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾ ਦੇਣੀਆਂ ਕਿਉਂਕਿ ਕਈ ਵਾਰ ਕਿਸੇ ਵੀਰ ਨੇ ਦੂਰ ਤੋਂ ਆਉਣਾ ਹੁੰਦਾ ਤਾਂ ਉਹ ਪਾਸ ਕਰ ਲਏ। ਵੈਸੇ ਇੱਕ ਹੋਰ ਵੈੜ ਖੜੀ ਹੈ ਨਾਲ, ਹਜੇ ਕੱਚੀ ਹੈ, ਵੇਚਣੀ ਹੈ ਵੀ, ਪਰ ਇਹਦੀ ਡਿਟੇਲ ਬਹੁਤੀ ਆਪਾਂ ਇਸ ਕਰਕੇ ਨਹੀਂ ਪੁੱਛੀ ਵੀ ਹਜੇ ਇਹ ਕੱਚੀ ਜ਼ਿਆਦਾ ਹੈ। ਸੋ ਦੱਸੋ ਬੱਚਾ ਛੱਡ ਲਿਆ ਅਤੇ ਵੀਡੀਓ ਦੇ ਵਿੱਚ ਹੀ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿਆਂਗੇ। ਸੋ ਜਿਹਨੂੰ ਜਚੇ ਉਹ ਵੀਰ ਖਰੀਦ ਲੂਗਾ, ਨੰਬਰ ਜਿਹੜਾ ਉਹ ਸਕਰੀਨ ਉੱਤੇ ਵੀ ਚੱਲੀ ਜਾਂਦਾ, ਵੈਸੇ ਬਾਈ ਨੇ ਸ਼ੁਰੂਆਤ ਦੇ ਵਿੱਚ ਬੋਲ ਵੀ ਦਿੱਤਾ ਸੀਗਾ। ਸੋ ਦੇਖਦੇ ਹਾਂ ਕਿੱਦਾਂ ਦੀਆਂ ਧਾਰਾਂ ਥਣਾਂ ਦੇ ਵਿੱਚੋਂ ਆਉਂਦੀਆਂ। ਸੋ ਦੱਸੋ ਹਵਾਨਾ ਗਾੜੀ ਦੇਖ ਲਓ, ਥਣ ਦਾ ਸਾਈਜ਼ ਤੁਸੀਂ ਦੇਖ ਲਓ, ਥੱਲੇ ਹੀ ਧਾਰਾਂ ਵੀਰ ਮਾਰ ਦੂਗਾ, ਬਾਅਦ 'ਚ ਬਾਈ ਨੇ ਚੋਣੀ ਹੈ ਗਾਂ ਅਤੇ ਉਦੋਂ ਬਾਅਦ 'ਚ ਚੋਲੂਗਾ। ਇੱਕ ਵਾਰ ਤੁਹਾਨੂੰ ਧਾਰਾਂ ਕਨਫਰਮ ਕਰਨੀਆਂ ਕਿੱਦਾਂ ਦੀਆਂ ਥਣਾਂ 'ਚ ਆਉਂਦੀਆਂ। ਵੈਸੇ ਪੋਲੀ ਚਵਾਈ ਦੀ ਲੱਗਦੀ ਹੈ, ਅਗਲੇ ਥਣ 'ਚੋਂ ਧਾਰ, ਇਸ ਥਣ 'ਚੋਂ ਧਾਰ ਦੇਖ ਸਕਦੇ ਹੋ ਬਾਈ, ਸਾਰਿਆਂ 'ਚੋਂ ਇੱਕ ਇੱਕ ਧਾਰ ਭਾਵੇਂ ਮਾਰ ਦਿਓ, ਸਾਫ਼ ਸੁਥਰੀ ਧਾਰ ਦੋਸਤੋ, ਪੂਰੀ ਸਟਰੋਂਗ ਦਿਸਦੀ ਹੈ। ਠੀਕ ਹੈ ਵੀਰੇ, ਓਕੇ। ਸੋ ਇਹ ਦੋਸਤੋ ਗਾਂ ਫੋਰ ਸੇਲ ਹੈ ਅੱਜ ਦੀ ਵੀਡੀਓ 'ਚ, 61,000 ਰੇਟ, ਚੰਗਾ ਥਣ ਹਵਾਨਾ ਦਿਸਦਾ, ਆਸ ਇਹੀ ਹੈ ਵੀ ਦੁੱਧ ਸੋਹਣਾ ਦੇਊਗੀ। ਜਿਹਨੂੰ ਜਚੇ ਉਹ ਵੀਰ ਕਾਲ ਕਰਕੇ ਖਰੀਦ ਲਿਓ, ਮਿਹਰਬਾਨੀ।